ਜਿਹੜੀ ਹਾਜ਼ਰੀ ਹੈ ਉਹ ਬਾਇਓਮੈਟ੍ਰਿਕ ਨਾਲ ਹਾਜ਼ਰੀ ਲੱਗਦੀ ਹੈ ਜੀ, ਜਿਹੜੀ ਉਹ ਰਿਪੋਰਟ ਹੈ ਹਰ ਮੰਥ ਦੇ ਵਿੱਚ ਉੱਪਰ ਹੈਡਕੁਆਟਰ ਤੇ ਭੇਜੀ ਜਾਂਦੀ ਹੈ। ਗੱਲਬਾਤ ਹੋਈ ਹੈ ਵੀ ਜਾਂ ਜਿਹੜੇ ਦੂਰੋਂ ਨੇੜੇ ਉਹਨਾਂ ਬੱਸ ਦੇ ਆਉਣ ਕਰਕੇ ਹੋ ਰਿਹਾ ਜਿਹੜਾ, ਬਾਕੀ ਕਹਿਣ ਦੀ ਬਹੁਤ ਸਾਰੀ ਕੋਸ਼ਿਸ਼ ਕੀਤੀ ਮੀਟਿੰਗ ਦੇ ਉੱਤੇ ਸਮਝਾਇਆ ਵੀ ਤੁਸੀਂ ਟਾਈਮ 'ਤੇ ਆਓ, ਟਾਈਮ 'ਤੇ ਕੰਮ ਕਰੋ। ਟਾਈਮ ਕਿੰਨੇ ਵਜੇ ਦਾ ਮੈਮ ਆਫਿਸ ਦਾ? 7:30 ਵਜੇ ਦਾ। ਠੀਕ ਹੈ, ਲੇਟ ਹੋ ਗਏ ਤੁਸੀਂ ਕਿਉਂ? ਬੱਚਿਆਂ ਨੂੰ ਛੱਡ ਕੇ ਆਏ ਸੀ ਸਕੂਲ। ਤੁਹਾਨੂੰ ਕੀ ਲੱਗਦਾ ਵੀ ਜਿਹੜਾ ਸਰਕਾਰ ਨੇ ਟਾਈਮ ਕੀਤਾ ਵੀ ਉਹ ਠੀਕ ਹੈ ਜਾਂ ਗਲਤ? ਕਈਆਂ ਲਈ ਠੀਕ ਹੈ, ਕਈਆਂ ਲਈ ਗਲਤ ਹੈ। जी हाजरी है वह बायोमैट्रिक ना हाजरी लगती है जी, जी रिपोर्ट है हर मंथ के उपर हेडक्वाटर से भेजी जाती है। 29 मुलाजम ने जी, मुलाजम लेट गलबात हुई है भी जो दूरों नेड़े उन्हें बस से आने करके हो रहा जो, बाकी कहने की बहुत सारी कोशिश की मीटिंग के उत्ते समझाया भी तुम टाइम से आओ, टाइम से कम करो। जी हाजरी नहीं लगती तो हाजरी लिस्ट से लाई जाती। ਟਾਈਮ ਕਿੰਨੇ ਵਜੇ ਦਾ ਮੈਮ ਆਫਿਸ ਦਾ? 7:30 ਵਜੇ ਦਾ। ਠੀਕ ਹੈ, ਲੇਟ ਹੋ ਗਏ ਤੁਸੀਂ ਕਿਉਂ? ਬੱਚਿਆਂ ਨੂੰ ਛੱਡ ਕੇ ਆਏ ਸੀ ਸਕੂਲ। ਤੇ ਹੁਣ ਕੀ ਦਿੱਕਤ ਆ ਰਹੀ ਹੈ? ਮਸ਼ੀਨ 'ਚ ਫਿੰਗਰਪ੍ਰਿੰਟ ਨਹੀਂ ਲੱਗ ਰਿਹਾ ਹੋਣਾ, ਹੋਰ ਕੀ ਹੈ, ਹੋਰ ਤਾਂ ਕੋਈ ਖਾਸ ਦਿੱਕਤ ਹੈ ਨਹੀਂ। ਕਈ ਵਾਰ ਹੋ ਜਾਂਦਾ, ਮੇਰਾ ਅੰਗੂਠਾ ਵੀ ਨਹੀਂ ਲੱਗਿਆ ਸੀਗਾ, ਆਹ ਫਿੰਗਰ ਫਿਰ ਲਗਾ ਕੇ ਦੇਖੀਏ ਜੇ ਲੱਗ ਜਾਵੇ। ਤੁਹਾਨੂੰ ਕੀ ਲੱਗਦਾ ਵੀ ਜਿਹੜਾ ਸਰਕਾਰ ਨੇ ਟਾਈਮ ਦਿੱਤਾ ਵੀ ਉਹ ਠੀਕ ਹੈ ਜਾਂ ਗਲਤ? ਕਈਆਂ ਲਈ ਠੀਕ ਹੈ, ਕਈਆਂ ਲਈ ਗਲਤ ਹੈ। ਤੁਹਾਡਾ ਫਿਰ ਰੋਡ ਤੁਹਾਨੂੰ ਲੇਟ ਆਉਣਾ ਪੈਂਦਾ? कदे कदे हो जाता, जिम्मे कल मौसम खराब से ना वो वजह ना थोड़ा हो गया, 10-5-7 मिनट का हो चुका जी।